ਕੜਦਾ ਹੋਇਆ ਦੁੱਧ, ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਨਾਲ ਚਾਟੀ ਦੀ ਲੱਸੀ, ਖੀਰ ਪੁੜੇ ਤੇ ਪਤੌੜ, ਤੇ ਐਂਡ ਤੇ ਆ ਕੇ ਆ ਗਏ ਭੂਤ ਪਿੰਨੇ। ਆ ਗਈ ਨਾ ਆਪਦੇ ਪੰਜਾਬ ਦੀ ਯਾਦ। ਚਲੋ ਫਿਰ ਚੱਲੀਏ ਇੱਕ ਅਜਿਹੇ ਹੀ ਇੱਕ ਸਫ਼ਰ ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਸਵਾਗਤ ਹੈ ਤੁਹਾਡਾ ਬਠਿੰਡੇ ਦੇ ਸ਼ਹਿਰ ਦੇ ਵਿੱਚ। ਤੇ ਅੱਜ ਅਸੀਂ ਲੈ ਕੇ ਆ ਗਏ ਮੇਲਾ ਕੀ ਹੈ, ਮੇਲਾ ਜੁਗਨੂਆਂ ਦਾ, ਜਿੱਥੇ ਤੁਹਾਨੂੰ ਮਿਲੂਗਾ ਸਾਰਾ ਪੰਜਾਬੀ ਸੱਭਿਆਚਾਰ। ਤੇ ਚਲੋ ਫਿਰ ਚੱਲਦੇ ਆ ਅੰਦਰ ਤੇ ਦਿਖਾਉਂਦੇ ਹਾਂ ਤੁਹਾਨੂੰ ਸਾਰੇ ਕੀ ਹੈ ਮੇਲੇ ਦੇ ਵਿੱਚ। ਚਲੋ ਚਲੋ ਗਾਈਸ, ਤੁਹਾਨੂੰ ਆਪਾਂ ਪਹਿਲਾਂ ਪਿਆਉਂਦੇ ਹਾਂ ਕੇਸਰ ਦਾ ਦੁੱਧ। ਇਹ ਕੇਸਰ ਦਾ ਦੁੱਧ ਹੈ ਜਿਹੜਾ ਕਿ ਪੂਰਾ ਕੱਢ ਰਿਹਾ ਹੈਗਾ। ਇਹਦੇ ਵਿੱਚ ਇਹਨਾਂ ਨੇ ਪਾਏ ਹੋਏ ਹੈ ਖੂਬ ਸਾਰੇ ਡਰਾਈ ਫਰੂਟ, ਜਿਵੇਂ ਕਿ ਬਦਾਮ, ਤੇ ਨਾਲ ਇਹਨਾਂ ਪਾਈ ਹੋਈ ਹੈ ਇਲਾਇਚੀ। ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਸੀਂ ਕੜੇ ਹੋਏ ਦੁੱਧ ਜ਼ਰੂਰ ਪੀ ਕੇ ਜਾਈਏ, ਕਿਉਂਕਿ ਕੜੇ ਹੋਏ ਦੁੱਧ ਦਾ ਮਜ਼ਾ ਹੀ ਅਲੱਗ ਹੁੰਦਾ ਹੈਗਾ। ਤੇ ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਇੱਥੇ ਸੱਭਿਆਚਾਰਕ ਮੇਲਾ ਤੇ ਆਈ ਹੋਈ ਆ, ਤੇ ਇੱਥੇ ਨਾ ਬਹੁਤ ਤਰ੍ਹਾਂ ਦੇ ਲੋਕ ਡਿਫਰੈਂਟ ਡਿਫਰੈਂਟ ਵੈਰਾਈਟੀ ਦੀ ਚੀਜ਼ਾਂ ਲੈ ਕੇ ਆਏ ਸੀ। ਕਿ ਜਿਵੇਂ ਕਿ ਇਹ ਹੈਗਾ ਕੁਲਾੜੇ ਦਾ ਗੁੜ, ਜਿਹੜਾ ਤੁਹਾਨੂੰ ਆਪਾਂ ਨੂੰ ਐਕਚੁਅਲੀ ਪਤਾ ਨਹੀਂ ਹੁੰਦਾ ਹੈਗਾ, ਜਿਹੜਾ ਗੁੜ ਹੈ ਨਾ ਕੁਲਾੜੇ ਤੇ ਨਿਕਲਦਾ ਹੈਗਾ ਗੰਨੇ ਤੋਂ, ਤੇ ਇਹ ਕੁਲਾੜੇ ਦੇ ਗੁੜ ਤੇ ਇਹਨਾਂ ਨੇ ਇੰਨੀਆਂ ਚੀਜ਼ਾਂ ਲਿਆਂਦੀਆਂ ਹੋਈਆਂ ਸੀਗੀਆਂ, ਜਿਵੇਂ ਕਿ ਇਹਨਾਂ ਤਿਲ ਵਾਲਾ ਗੁੜ ਤੇ ਹਲਦੀ, ਤੇ ਇਹਨਾਂ ਦਾ ਗੁੜ ਬਹੁਤ ਅੱਛਾ ਸੀਗਾ, ਬਹੁਤ ਟੇਸਟ ਸੀਗਾ। ਤੇ ਘਰੇ ਆ ਕੇ ਇਹਨਾਂ ਦੀ ਚਾਹ ਬਣਾ ਕੇ ਦੇਖੀ ਹੈ ਤੇ ਚਾਹ ਬਹੁਤ ਵਧੀਆ ਨਿਕਲ ਗਈ, ਤੇ ਤੁਸੀਂ ਜ਼ਰੂਰ ਟਰਾਈ ਕਰਿਓ ਇਹਨਾਂ ਦਾ ਕੁਲਾੜੇ ਵਾਲਾ ਗੁੜ। ਤੇ ਇਹ ਹੈਗੇ ਤਿਲ ਵਾਲੀ ਟਿੱਕੀ ਜਿਹਦੇ ਵਿੱਚ ਤਿਲ ਵਗੈਰਾ ਪਾਇਆ ਹੋਇਆ। ਤੇ ਪੰਜਾਬ ਦੀ ਗੱਲ ਹੋ ਰਹੀ ਹੋਵੇ ਤੇ ਫੁਲਕਾਰੀ ਨਾ ਹੋਵੇ, ਇਹ ਕਿੱਦਾਂ ਹੋ ਸਕਦਾ ਹੈ? ਤੇ ਇਹ ਇੱਕ ਜਗ੍ਹਾ ਸੀਗੀ ਜਿੱਥੇ ਇਹਨਾਂ ਨੇ ਫੁਲਕਾਰੀਆਂ ਵੇਚ ਰਹੇ ਸੀਗੇ, ਤੇ ਇਹਨਾਂ ਨੂੰ ਬਹੁਤ ਵੈਰਾਈਟੀ ਦੀ ਫੁਲਕਾਰੀ, ਸਵੈਟਰ, ਜੈਕਟਾਂ, ਬੱਚਿਆਂ ਦੀਆਂ ਫਰੋਕਸ ਵਗੈਰਾ, ਬਹੁਤ ਕੁਝ ਦੀ ਇਹਨਾਂ ਨੇ ਸਟਾਲ ਲਗਾਈ ਹੋਈ ਸੀਗੀ। ਤੇ ਇਹ ਸਟਾਲ ਜ਼ਰੂਰ ਚੈੱਕਆਊਟ ਕਰਿਓ ਜੇ ਤੁਸੀਂ ਪੰਜਾਬ ਦੀ ਪ੍ਰੋਪਰ ਫੁਲਕਾਰੀ ਦੇਖ ਰਹੇ ਹੋ, ਜਿਹਦੇ ਵਿੱਚ ਜੋ ਕਿ ਹੱਥ ਦੀ ਕੱਢੀ ਹੋਈ ਹੈਗੀ, ਇਹ ਹੈ ਪ੍ਰੋਪਰ ਟ੍ਰੈਡੀਸ਼ਨਲ ਫੁਲਕਾਰੀ। ਤੇ ਇਹ ਇੱਕ ਭਈਆ ਸੀਗੇ ਜੋ ਕੜੋਈ ਕੈਨਾਲ ਤੋਂ ਆਏ ਸੀ ਕਿ ਜੋ ਕਿ ਤਮਿਲਨਾਡੂ ਦੇ ਵਿੱਚ ਹੈ, ਤੇ ਇਹ ਯੂਕਲਿਪਟਸ ਆਇਲ ਦਾ ਦਿਖਾ ਰਹੇ ਹੈ। ਤੇ ਇੱਕ ਯੂਕਲਿਪਟਸ ਆਇਲ ਨਾ ਬਹੁਤ ਅੱਛਾ ਹੁੰਦਾ ਹੈਗਾ, ਲਾਈਕ ਇਵਨ ਪੀਰੀਅਡ ਪੇਨਸ ਦੇ ਵਿੱਚ ਜਾਂ ਜੁਆਇੰਟ ਪੇਨਸ ਦੇ ਲਈ, ਤੇ ਯੂਕਲਿਪਟਸ ਆਇਲ ਦੇ ਤੁਸੀਂ ਬਹੁਤ ਫਾਇਦੇ ਨੇ, ਤੁਸੀਂ ਚੈੱਕਅਪ ਕਰ ਸਕਦੇ ਹੋ। ਤੇ ਨੈਕਸਟ ਮੈਂ ਇਸ ਲੋਕੇਸ਼ਨ ਤੇ ਆ ਚੁੱਕੀ ਹਾਂ ਜਿੱਥੇ ਮਿਲ ਰਹੀ ਹੈ ਅਲਸੀ ਦੀਆਂ ਪਿੰਨੀਆਂ ਤੇ ਨਾਲ ਨਿੰਬੂ ਦਾ ਅਚਾਰ ਤੇ ਸ਼ਹਿਦ, ਬਹੁਤ ਕੁਛ ਹੈਗਾ ਇਸ, ਤੁਸੀਂ ਵੀ ਚੈੱਕਆਊਟ ਕਰੋ। ਨਵੀਂ ਚੀਜ਼ ਦੇਖੀ ਹੈ, ਖਿੱਲਾ ਦੇ ਬਣਿਆ ਪਿੰਨੀਆਂ। ਗਾਈਸ, ਇੱਕ ਸਟੋਲ ਹੈ ਜਿੱਥੇ ਮੇਰਾ ਸਾਰਾ ਮਨ ਮੋਹ ਲਿਆ ਜਿਹਨੇ, ਇਹ ਹੈ ਆਪਣਾ ਟੇਪ ਰਿਕਾਰਡਰ। ਮਤਲਬ ਇੱਥੇ ਸਾਰਾ ਪੰਜਾਬੀ ਸੱਭਿਆਚਾਰ ਦਿਖਾਇਆ ਹੋਇਆ ਸੀਗਾ, ਟੋਪੀਏ, ਬਾਲਟੀਆਂ, ਪਤੀਲੀਆਂ, ਸੁਰਾਹੀ, ਤੇ ਡੈਡੀ ਨੇ ਦੱਸਿਆ ਸੀਗਾ ਟਿਫਨ ਜਿਹਦੇ ਵਿੱਚ ਆਪਾਂ ਰੋਟੀਆਂ ਰੱਖਦੇ ਹਾਂ, ਪਤਾ ਪਹਿਲਾਂ ਉਹਦੇ ਪਿੱਤਲ ਦੇ ਹੁੰਦੇ ਸੀਗੇ ਸਾਰੇ, ਆਹ ਸਾਰਾ ਉਹਦੇ ਵਾਲਾ ਰੋਟੀ ਵਾਲਾ ਡੱਬਾ ਹੈਗਾ, ਤੇ ਆਹ ਚਾਹ ਲਈ ਕੈਟਲ ਹੈ, ਤੇ ਆਹ ਇੱਕ ਇੱਥੇ ਜਿਹੜੀ ਬੀਨ ਪਈ ਹੈ ਨਾ ਇਹ ਕੱਦੂ ਦੀ ਬਣੀ ਹੋਈ ਹੈ, ਤੇ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ ਜਿਹੜੀ ਆਪਣੇ ਸੱਭਿਆਚਾਰਕ ਸੀਗੀ, ਜਿਵੇਂ ਪੁਰਾਣੇ ਟੈਲੀਫੋਨ ਹੋ ਗਏ, ਉਹ ਦੇਖੋ ਜਿਹੜੀ ਜਿਹਦੇ ਵਿੱਚ ਲਾਈਟ ਚੱਲਦੀ ਹੁੰਦੀ ਸੀਗੀ, ਜਦੋਂ ਬਾਈ ਚਾਂਸ ਆਪਣੀ ਲਾਈਟ ਚਲੀ ਜਾਂਦੀ ਸੀ ਆਪਾਂ ਲਾਈਟ ਚਲਾਉਂਦੇ ਹੁੰਦੇ ਸੀਗੇ, ਆਹ ਪਿੱਤਲ ਦਾ ਸਟੋਵ ਸਾਰਾ, ਤੇ ਆਹ ਦੇਖੋ ਪਹਿਲਾਂ ਆਪਾਂ ਪਿੱਤਲ ਦੇ ਕਿੱਡੇ ਕਿੱਡੇ ਗਲਾਸ ਹੁੰਦੇ ਸੀਗੇ, ਜਿਹਦੇ ਵਿੱਚ ਤੁਸੀਂ ਵੀਡੀਓਜ਼ ਦੇਖਦੇ ਹੋ ਨਾ ਮੂਵੀਜ਼ ਦੇ ਵਿੱਚ, ਲੱਸੀ ਪੀਂਦੇ ਆ, ਆਹ ਉਹ ਪਿੱਤਲ ਦੇ ਉਹ ਗਲਾਸ ਨੇ, ਤੇ ਇਹ ਹੈਗੀ ਉਹ ਮੱਥਣੀ ਜਿਹਦੇ ਵਿੱਚ ਮੱਖਣ ਕੱਢਿਆ ਜਾਂਦਾ ਸੀਗਾ ਪਹਿਲਾਂ। ਤੇ ਆਹ ਅੱਗੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਕੋਟੇ, ਕਿਸੇ ਨੂੰ ਅੱਜ ਕੱਲ੍ਹ ਐਕਚੁਲੀ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਹੈਗਾ ਕੋਟੇ ਕੀ ਹੁੰਦੇ ਪੰਜਾਬ ਤੋਂ ਬਾਹਰ। ਕੋਟਾ ਉਹ ਹੈ ਜਿਹਦੇ ਨਾਲ ਚਟਨੀ ਰਗੜੀ ਜਾਂਦੀ ਸੀਗੀ, ਤੇ ਇਹ ਇੱਕ ਪਲੇਸ ਸੀਗੀ ਜਿੱਥੇ ਇੱਕ ਆਹ ਪਲੇਸ ਸੀਗੀ ਉੱਥੇ ਜਿੱਥੇ ਬਹੁਤ ਸਾਰਾ ਡੈਕੋਰੇਸ਼ਨ ਦਾ ਸਮਾਨ ਸੀਗਾ, ਬਹੁਤ ਸਾਰੇ ਲਾਈਕ ਕਾਰ ਡੈਕੋਰੇਸ਼ਨ ਦੇ ਵਿੱਚ, ਤੇ ਆਪਣੇ ਕੀ ਚੇਨਸ ਹੋ ਗਏ ਪੰਜਾਬ ਨਾਲ ਰਿਲੇਟਡ, ਤੇ ਬਹੁਤ ਸਾਰੀ ਹੋਮ ਡੈਕੋਰੇਸ਼ਨ ਦਾ ਸਮਾਨ ਸੀਗਾ ਇੱਥੇ, ਤੇ ਲਾਈਕ ਆਹ ਵਾਟਰ ਬੋਟਲਸ ਹੋ ਗਈਆਂ, ਕੇਨਸ ਹੋ ਗਏ, ਤੇ ਇਹ ਜ਼ਰੂਰ ਇਹ ਜਗ੍ਹਾ ਜ਼ਰੂਰ ਚੈੱਕਆਊਟ ਕਰ ਸਕਦੇ। ਉਹਦੇ ਕੋਲ ਟੀ ਸ਼ਰਟਸ ਸੀਗੀਆਂ ਲਾਈਕ ਪ੍ਰਿੰਟਡ ਟੀ ਸ਼ਰਟਸ ਯੂ ਕੈਨ ਸੀ,
ਐਂਡ ਇਹਨਾਂ ਕੋਲ ਕਲੋਕਸ ਵਗੈਰਾ ਵੀ ਸੀਗੇ ਤੇ ਬਹੁਤ ਕੁਝ ਸੀਗਾ ਤੁਸੀਂ ਜ਼ਰੂਰ ਚੈੱਕਆਊਟ ਕਰਿਓ ਇਹ ਪਲੇਸ ਨੂੰ ਐਂਡ ਚਲੋ ਆਪਾਂ ਹੁਣ ਆਪਦੀ ਵੀਡੀਓ ਨੂੰ ਐਂਡ ਕਰਦੇ ਹਾਂ ਆਪਦੀ ਚਾਟੀ ਦੀ ਲੱਸੀ ਨਾਲ ਗਾਇਸ ਮੈਂ ਵੀਡੀਓ ਚਾਟੀ ਦੀ ਲੱਸੀ ਚਾਟੀ ਦੀ ਲੱਸੀ ਆਪਣਾ ਪੁਰਾਣਾ ਸੱਭਿਆਚਾਰ ਹੈ ਜਿੱਥੇ ਆਪਾਂ ਲੱਸੀਆਂ ਪੀਂਦੇ ਹਾਂ ਚਾਟੀ ਦੀ ਲੱਸੀ ਹੈ ਆਪਾਂ ਨੂੰ ਕਿਤੇ ਨਹੀਂ ਮਿਲਦੀ ਜਿੱਥੇ ਸੱਭਿਆਚਾਰਕ ਪਲੇਸ ਹੋਏਗੀ ਉੱਥੇ ਹੀ ਮਿਲੇਗੀ ਜ਼ਰੂਰ ਟਰਾਈ ਕਰੀਓ ਆ ਕੇ ਇੱਥੇ ਤੇ ਦੋਸਤੋ ਇੱਕ ਨਾ ਚੀਜ਼ ਰਹਿ ਗਈ ਸੀ ਤੁਹਾਨੂੰ ਦਿਖਾਉਣ ਲਈ ਉਹ ਹੈਗੇ ਹੈ ਭੂਤ ਪਿੰਨੇ ਤੇ ਇਹ ਨਾ ਇੱਕ ਜਿਸ ਹਿਸਾਬ ਨਾਲ ਆਪਾਂ ਕੈਰਾਮਲਾਈਜ਼ ਪੌਪਕੋਰਨ ਖਾਂਦੇ ਹਾਂ ਇਹ ਕੈਰਾਮਲਾਈਜ਼ ਪੌਪਕੋਰਨ ਦਾ ਪੂਰਾ ਇੱਕ ਬਾਲ ਬਣਾਇਆ ਹੋਇਆ ਸੀਗਾ ਤੇ ਇਹ ਜ਼ਰੂਰ ਟਰਾਈ ਕਰਨ ਵਾਲੀ ਚੀਜ਼ ਹੈ ਜੋ ਕਿ ਆਪਣਾ ਟ੍ਰੈਡੀਸ਼ਨਲ ਹੈ ਅਗਰ ਵੀਡੀਓ ਅੱਛਾ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ।